ਬਾਹਰ ਦੇ ਹਾਲਾਤ ਤਾਂ ਪਹਿਲਾਂ ਤਾਂ ਬਹੁਤ ਵਧੀਆ ਸੀ ਅਤੇ ਆਹ ਹੜ੍ਹਾਂ ਨੇ ਬਿਲਕੁਲ ਹੀ ਖਰਾਬ ਕਰ ਦਿੱਤੇ ਆ, ਸਾਰੀ ਜ਼ਮੀਨ ਖਰਾਬ ਹੋ ਗਈ ਅਤੇ ਸਾਰੀ ਫਸਲ ਵੀ ਮਾਰੀ ਗਈ, ਫਸਲ ਵੀ ਗਈ ਅਤੇ ਜ਼ਮੀਨ ਵੀ ਗਈ। ਭਾਜੀ ਤਾਂ ਬਣਾ ਨਹੀਂ ਸਕਦੇ, 20 ਸਾਲ ਨਹੀਂ ਜ਼ਮੀਨ ਬਣਾ ਸਕਦੇ। ਬਹੁਤ ਟੋਆ ਪੈ ਗਿਆ ਸੀ, ਡੂੰਘਾ 20 ਫੁੱਟ ਟੋਆ ਪੈ ਗਿਆ ਸੀ ਅਤੇ ਸਾਡੇ ਜਿੰਨੀ ਸਮਰੱਥਾ ਨਹੀਂ ਹੈਗੀ ਅਸੀਂ ਬਣਾ ਸਕੀਏ ਇਹਨੂੰ। ਅਤੇ ਖਾਲਸਾ ਵਾਲੀ ਟੀਮ ਨੇ ਮਤਲਬ ਬਹੁਤ ਧੰਨਵਾਦ ਕਰਦੇ, ਉਹਨਾਂ ਨੇ ਰੇਤ ਪਾ ਕੇ ਅਤੇ ਟਰੈਕਟਰ 'ਚ ਤੇਲ ਵੀ ਦਿੱਤਾ ਉਹਨਾਂ ਨੇ ਪਾਉਣ ਨੂੰ ਸਾਨੂੰ। ਬਹੁਤ ਬਹੁਤ ਧੰਨਵਾਦ ਆ, ਅਸੀਂ ਤਾਂ ਬਣਾ ਨਹੀਂ ਸਕਦੇ ਜ਼ਮੀਨ, ਇੱਥੇ ਕੋਈ ਵੀ ਨਹੀਂ ਬਣਾ ਸਕਦਾ। ਮੰਨ ਲਓ ਅਸੀਂ ਤਾਂ ਕੀ ਇੱਥੇ ਕੋਈ ਵੀ ਨਹੀਂ, ਸਾਰੀਆਂ ਬਾਈਕਾਂ ਵਾਲੇ ਕੋਈ ਵੀ ਨਹੀਂ ਬਣਾ ਸਕਦਾ ਜ਼ਮੀਨ। ਅਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਖਾਲਸਾ ਜਾਂ ਜ਼ਮੀਨ ਰੇਤਾ ਚੁੱਕੀ ਨਹੀਂ, ਚੁੱਕ ਹੀ ਨਹੀਂ ਸਕਦਾ ਜੀ ਬਈ, 3 ਮਹੀਨੇ ਸਾਨੂੰ ਲੱਗਿਆ ਨੂੰ ਹੋਵੇ ਜੀ ਰੇਤਾ ਚੁੱਕਣ ਨੂੰ। ਖਾਲਸਾ ਐਡ ਦੇ ਸਹਿਯੋਗ ਦੇ ਨਾਲ ਹੁਣ ਕੰਮ ਚੱਲ ਰਿਹਾ, ਬਹੁਤ ਵਧੀਆ ਚੱਲ ਰਿਹਾ ਵਾ। ਖਾਲਸਾ ਐਡ ਦੀ ਸਾਰੀ ਹੀ ਟੀਮ ਦਾ ਬਹੁਤ ਬਹੁਤ ਧੰਨਵਾਦ ਆ, ਜਿਹੜੇ ਸਾਡੇ ਇਲਾਕੇ ਦੇ ਵਿੱਚ ਆ ਕੇ ਅਤੇ ਸਾਡੀ ਜਿਨ੍ਹਾਂ ਨੇ ਬਾਂਹ ਫੜੀ ਆ, ਸਾਡੀਆਂ ਪੈਲੀਆਂ 'ਚੋਂ ਰੇਤ ਚੁੱਕ ਕੇ ਸਾਈਡ 'ਤੇ ਜਿੱਥੇ ਲੋੜ ਸੀ ਉੱਥੇ ਸੁੱਟੀ ਆ, ਜਿੱਥੇ ਵਹਿਣ ਪਏ ਸੀ ਸਾਡੇ ਆਂਢ ਗੁਆਂਢ ਦੀਆਂ ਪੈਲੀਆਂ ਦੇ ਵਿੱਚ। ਖਾਲਸਾ ਐਡ ਨੇ ਡੀਜ਼ਲ ਵਗੈਰਾ ਵੀ ਦਿੱਤਾ ਅਤੇ ਆਪਣੇ ਟਰੈਕਟਰ ਲਾ ਕੇ, ਆਂਢੀਆਂ ਗੁਆਂਢੀਆਂ ਦੇ ਟਰੈਕਟਰ ਲਾ ਕੇ ਅਤੇ ਕੰਮ ਚਲਾਓ।